ਖਬਰਾਂ ਦਾ ਬੁਲੇਟਿਨ ਲੈ ਕੇ ਸ਼੍ਰੀ ਮੁਖਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਅੱਜ ਦਿਨ ਸੋਮਵਾਰ 4 ਮਾਰਚ 21 ਫੱਗਣ ਨਾਨਕਸ਼ਹੀ ਸੰਮਤ 555 ਪਹਿਲਾ ਚੋਣਵੀਆਂ ਖਬਰਾਂ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ 100 ਦਿਨਾਂ ਤੇ ਮੰਥਨ ਕਿਸਾਨਾਂ ਦਾ 6 ਮਾਰਚ ਨੂੰ ਦਿੱਲੀ ਕੂਚ ਚੋਣਾਂ ਤੋਂ ਪਹਿਲਾਂ ਕੁਝ ਰਿਟਾਇਰ ਕੁਝ ਸਰਗਰਮ ਹੋਏ ਹਜੂਰ ਸਾਹਿਬ ਨਦੇੜ ਲਈ ਦੁਬਾਰਾ ਸ਼ੁਰੂ ਹੋਏਗੀ ਫਲਾਈਟ ਕਰੋਨਾ ਕਾਲ ਤੋਂ ਹੈ ਬੰਦ ਸਿੱਖ ਕਰ ਰਹੇ ਸਨ ਇਸ ਨੂੰ ਸ਼ੁਰੂ ਕਰਨ ਦੀ ਮੰਗ ਤਾਲੂ ਪ੍ਰਸਾਦ ਜਯਦਵ ਨੇ ਆਖਿਆ ਨਤੀਸ਼ ਵਾਪਸ ਆਏ ਤਾਂ ਤੱਕਾ ਦੇ ਦੇਵਾਂਗੇ ਪਾਕਿਸਤਾਨ ਵਿੱਚ ਫਿਰ ਸ਼ਹਿਬਾਜ਼ ਚੰਗੇ ਰਿਸ਼ਤਿਆਂ ਦੀ ਗੱਲ ਛੇੜ ਕਸ਼ਮੀਰ ਮੁੱਦਾ ਉਠਾਇਆ ਮੁੱਖ ਮੰਤਰੀ ਨੇ ਆਖਿਆ ਵਿਦਿਆਰਥੀਆਂ ਨੂੰ ਦੇ ਸੁਪਨਿਆਂ ਨੂੰ ਉਡਾਣ ਦੇਣਗੇ ਨਵੇਂ ਸਕੂਲ ਸ਼ਰਮਣੀ ਅਕਾਲੀ ਦਲ ਨਾਲ ਗੱਠਜੋੜ ਲਈ ਸੁਰੱਖਿਅਤ ਰਾਹ ਦੀ ਤਲਾਸ਼ ਅੰਤਰਰਾਸ਼ਟਰੀ ਡਰਗ ਤਸਕਰੀ ਗਰੋ ਦਾ ਭਾਂਡਾ ਟੁੱਟਿਆ ਕੋਰੀਅਰ ਤੋਂ ਅਮਰੀਕਾ ਯੂਕੇ ਕੈਨੇਡਾ ਤੇ ਆਸਟ੍ਰੇਲੀਆ ਭੇਜਦੇ ਸਨ ਖੇਪ ਤਿੰਨ ਗ੍ਰਿਫਤਾਰ ਸੀਨੀਅਰ ਅਤੇ ਡੈਪਟੀ ਮੇਅਰ ਦੀ ਚੋਣ ਅੱਜ ਮੇਅਰ ਕੁਲਦੀਪ ਸਿੰਘ ਚੋਣ ਅਧਿਕਾਰੀ ਹੋਣਗੇ ਹੁਣ ਖਬਰਾਂ ਦੀ ਵਿਸਥਾਰ ਪੱਛਮੀ ਡਿਸਟਰਬੈਂਸ ਦੇ ਚੱਲਦਿਆਂ ਸਾਰੇ ਪਹਾੜੀ ਸੂਬਿਆਂ ਵਿੱਚ ਲਗਾਤਾਰ ਹੋ ਰਹੀ ਬਰਫਬਰੀ ਦਾ ਅਸਰ ਮਦਾਨੀ ਇਲਾਕਿਆਂ ਵਿੱਚ ਵੀ ਦੇਖਣ ਨੂੰ ਮਿਲਿਆ ਹੈ ਮਾਲਵੇ ਵਿੱਚ ਤੇਜ਼ ਹਵਾ ਦੇ ਨਾਲ ਗੜੇਮਾਰੀ ਨਾਲ ਜਿੱਥੇ 7000 ਏਕੜ ਰਕਬੇ ਦੀ ਕਣਕ ਦੀ ਫਸਲ ਪ੍ਰਭਾਵਿਤ ਹੋਈ ਹੈ ਉੱਥੇ ਕਣਕ ਦੀ ਫਸਲ ਦਾ 20 ਤੋਂ 100 ਫੀਸਦੀ ਤੱਕ ਨੁਕਸਾਨ ਦਾ ਅੰਦਾਜ਼ਾ ਹੈ 700 ਏਕੜ ਰਕਬੇ ਵਿੱਚ ਸਰੋਂ ਦੀ ਫਸਲ 100 ਫੀਸਦੀ ਨਸ਼ਟ ਹੋ ਗਈ ਬਾਕੀ ਜ਼ਿਲ੍ਹਿਆਂ ਵਿੱਚ ਫਸਲਾਂ ਨੂੰ ਘੱਟ ਨੁਕਸਾਨ ਪਹੁੰਚਿਆ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਕਰਕੇ ਮੌਸਮ ਵਿਭਾਗ ਨੇ ਪੱਛਮੀ ਡਿਸਟਰਬੈਂਸ ਦਾ ਅਸਰ ਸਮਾਪਤ ਹੋ ਗਿਆ ਹੁਣ ਸੋਮਵਾਰ ਤੋਂ ਅਗਲੇ ਛੇ ਦਿਨਾਂ ਤੱਕ ਮੌਸਮ ਸਾਫ਼ ਰਹਿਣ ਦੀ پیشن گوئی ਕੀਤੀ ਗਈ ਹੈ ਮੀਂਹ ਕਰਕੇ ਸਬਜ਼ੀਆਂ ਦਾ ਕਾਫੀ ਨੁਕਸਾਨ ਹੋਇਆ ਗੜੇਮਾਰੀ ਨਾਲ ਕਣਕ ਦੀ ਫਸਲ ਖੇਤਾਂ ਵਿੱਚ ਵਿਛ ਗਈ ਖੇਤਾਂ ਵਿੱਚ ਪਾਣੀ ਭਰਨ ਤੇ ਵੱਡੀ ਹੋਈ ਸਰੋਂ ਦਾ ਫਸਲ ਦਾ ਸੜਨ ਦਾ ਖਤਸ਼ਾ ਇਸ ਵਿੱਚ ਫਸਲ ਦਾ ਤਕਰੀਬਨ 30 ਫੀਸਦੀ ਦਾ ਨੁਕਸਾਨ ਹੈ ਕਿਸਾਨਾ ਗੁਆਂ ਨੇ ਸਰਵਣ ਸਿੰਘ ਪੰਦੇ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਦੇਸ਼ ਭਰ ਦੇ ਕਿਸਾਨਾਂ ਨੂੰ 6 ਮਾਰਚ ਨੂੰ ਦਿੱਲੀ ਕੂਚ ਕਰਨ ਦੀ ਆਖਿਆ ਨਾਲ ਹੀ 10 ਮਾਰਚ ਨੂੰ 4 ਘੰਟੇ ਦੇ ਦੇਸ਼ ਵਿਆਪੀ ਰੇਲ ਰੋਕੋ ਮਹਿੰਮ ਦਾ ਸੱਦਾ ਦਿੱਤਾ ਦੋਨੇ ਕਿਸਾਨ ਆਗੂਆਂ ਨੇ ਆਖਿਆ ਕਿ ਮੌਜੂਦਾ ਪ੍ਰਦਰਸ਼ਨ ਸਥਾਨਾਂ ਤੇ ਕਿਸਾਨਾਂ ਦਾ ਅੰਦੋਲਨ ਤੇਜ਼ ਕੀਤਾ ਜਾਏਗਾ ਤਦ ਤੱਕ ਜਾਰੀ ਰਹੇਗਾ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਸੰਯੁਕਤ ਕਿਸਾਨ ਮੋਰਚਾ ਨੇ 14 ਮਾਰਚ ਨੂੰ ਦਿੱਲੀ ਕੂਚ ਨੂੰ ਕਿਹਾ ਹੈ ਪਰਧਾਨ ਮੰਤਰੀ ਨੇ ਕੇਂਦਰੀ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਵਿੱਚ 2047 ਤੱਕ ਵਿਕਸਿਤ ਭਾਰਤ ਬਣਾਉਣ ਦੇ ਵਿਜ਼ਨ ਤੇ ਚਰਚਾ ਕੀਤੀ ਨਾਲ ਅਗਲੇ 5 ਸਾਲਾਂ ਦੇ ਰੋਡਮੈਪ ਤੇ ਮੰਤਨ ਕੀਤਾ ਨਵੀਂ ਸਰਕਾਰ ਦੇ ਗਠਨ ਦੇ ਤੁਰੰਤ ਬਾਅਦ ਦੇ 100 ਦਿਨਾਂ ਦੇ ਏਜੰਡੇ ਤੇ ਚਰਚਾ ਹੋਈ ਹੈ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਵਿੱਚ ਸਾਰੇ ਮੰਤਰੀਆਂ ਦੀ ਇਹ ਆਖਰੀ ਮੀਟਿੰਗ ਸੀ ਮੋਦੀ ਨੇ ਪਹਿਲਾਂ ਹੀ ਸਾਰੇ ਮੰਤਰੀਆਂ ਨੂੰ 100 ਦਿਨ ਦਾ ਐਕਸ਼ਨ ਪਲਾਨ ਅਤੇ ਆਪਣੇ ਆਪਣੇ ਮੰਤਰਾਲੇ ਦੇ 5 ਸਾਲ ਦੇ ਰੋਡਮੈਪ ਨੂੰ ਨਾਲ ਲੈ ਕੇ ਆਉਣ ਲਈ ਆਖਿਆ ਗਿਆ ਕਾਸ਼ ਕਰਕੇ 2047 ਤੱਕ ਵਿਕਸਿਤ ਭਾਰਤ ਬਣਾਉਣ ਦਾ ਟੀਚਾ ਵਿਸਥਾਰ ਤੇ ਚਰਚਾ ਹੋਈ ਵਿਕਸਿਤ ਭਾਰਤ ਦੇ ਰੋਡਮੈਪ 2 ਸਾਲ ਤੋਂ ਵੱਧ ਦੀ ਉਹਨਾਂ ਆਖੇ ਕਿ ਡੁੰਗਾਈ ਦਾ ਇਹ ਨਤੀਜਾ ਹੈ ਉਹਨਾਂ ਸਾਰੇ ਮੰਤਰਾਲਿਆਂ ਸੂਬਾ ਸਰਕਾਰਾਂ ਸਿੱਖਿਆ ਸ਼ਾਸਤਰੀ ਉਦਯੋਗ ਜਗਤ ਸਿਵਲ ਸੁਸਾਇਟੀ ਵਿਗਿਆਨਿਕ ਜਥੇਬੰਦੀਆਂ ਦੇ ਨਾਲ ਸਲਾਮਾਸ਼ਵਰਾ ਕਰਕੇ ਤਿਆਰ ਕੀਤਾ ਗਿਆ ਹੈ ਪ੍ਰਧਾਨ ਮੰਤਰੀ ਨੇ ਮੰਤਰੀਆਂ ਨੂੰ ਹਦਾਇਤ ਕੀਤੀ ਕਿ ਸੰਜਮ ਨਾਲ ਬਿਆਨ ਦੇਣ ਵਿਵਾਦਾਂ ਤੋਂ ਦੂਰ ਰਹਿਣ ਡੀਫੇਕ ਤੋਂ ਸਾਵਧਾਨ ਰਹਿਣ ਪ੍ਰਚਾਰ ਦਰਾਂ ਲੋਕਾਂ ਦੇ ਕਲਿਆਣ ਲਈ ਚੁੱਕੇ ਗਏ ਸਰਕਾਰ ਦੇ ਕਦਮਾਂ ਦੀ ਜਾਣਕਾਰੀ ਦੇਣ ਦਿੱਲੀ ਦੀ ਰਾਜਨੀਤੀ ਵਿੱਚ ਕੁਝ ਨੇਤਾ ਚੋਣਾਂ ਤੋਂ ਪਹਿਲਾਂ ਰਿਟਾਇਰ ਹੋ ਗਏ ਤੇ ਕੁਝ ਸਰਗਰਮ ਹੋ ਗਏ ਚਾਂਦੀ ਚੌਕ ਲੋਕ ਸਭਾ ਹਲਕੇ ਤੋਂ ਟਿਕਟ ਕੱਟਣ ਤੋਂ ਬਾਅਦ ਸਾਬਕਾ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ 30 ਸਾਲ ਦੇ ਆਪਣੇ ਰਾਜਨੀਤਿਕ ਕੈਰੀਅਰ ਨੂੰ ਅਲਵਿਦਾ ਕਹਿ ਦਿੱਤਾ ਹੁਣ ਉਹ ਪੂਰਬੀ ਦਿੱਲੀ ਦੇ ਕ੍ਰਿਸ਼ਨਾ ਨਗਰ ਇਲਾਕੇ ਵਿੱਚ ਆਪਣੇ ਐਨਟੀ ਕਲੀਨਿਕ ਵਿੱਚ ਵਾਪਸ ਜਾ ਰਹੇ ਨੇ ਡਾਕਟਰ ਹਰਸ਼ਵਦਨ ਦੇ ਸਰਗਰਮ ਰਾਜਨੀਤੀ ਤੋਂ ਸੁਨਿਆਸ ਲੈਣ ਤੇ ਦਿੱਲੀ ਦੀ ਸਿੱਖਿਆ ਮੰਤਰੀ ਆਕਸ਼ੀ ਨੇ ਆਖਿਆ ਕਿ ਡਾਕਟਰ ਹਰਸ਼ਵਦਨ ਨੂੰ ਦੇਸ਼ ਅਤੇ ਉਹਨਾਂ ਦੇ ਲੋਕ ਸਭਾ ਹਲਕੇ ਦੇ ਲੋਕ ਅਤੇ ਉਹਨਾਂ ਦੇ ਵਿਧਾਨ ਸਭਾ ਹਲਕੇ ਦੇ ਲੋਕ ਇਮਾਨਦਾਰੀ ਅਤੇ ਮਿਹਨਤ ਨਾਲ ਜਾਣਦੇ ਨੇ ਆਕਸ਼ੀ ਨੇ ਅੱਗੇ ਆਖਿਆ ਕਿ ਉਹ ਹਮੇਸ਼ਾ ਜਨਹਿਤ ਦੇ ਮੁੱਦੇ ਉਠਾਉਂਦੇ ਸਨ ਤੇ ਉਹਨਾਂ ਲਈ ਬੋਲਦੇ ਸਨ ਬੀਜੇਪੀ ਵੱਲੋਂ ਉਹਨਾਂ ਦਾ ਟਿਕਟ ਕੱਟੇ ਜਾਣ ਤੇ ਬਿਲਕੁਲ ਸਾਫ ਹੋ ਗਿਆ ਕਿ ਜਿਸ ਤਰ੍ਹਾਂ ਉਹਨਾਂ ਨੂੰ ਇੱਕ ਸਮਾਂ ਕੁਝ ਮੁੱਦੇ ਉਠਾਉਣ ਲਈ ਕੇਂਦਰੀ ਸਿਹਤ ਮੰਤਰੀ ਦੇ ਅਹੁਦੇ ਤੋਂ ਹਟਾਇਆ ਗਿਆ ਅਜੇ ਵਿੱਚ ਅੱਜ ਇਸ ਤਰ੍ਹਾਂ ਅਹਿਸਾਸ ਹੋ ਰਿਹਾ ਕਿ ਸ਼ਾਇਦ ਉਹਨਾਂ ਦੀ ਆਪਣੀ ਇਮਾਨਦਾਰੀ ਦੀ ਵਜ੍ਹਾ ਨਾਲ ਉਹਨਾਂ ਦੀ ਟਿਕਟ ਕੱਟੀ ਗਈ 1993 ਵਿੱਚ ਉਹਨਾਂ ਨੇ ਪਹਿਲੀਆਂ ਵਿਧਾਨ ਸਭਾ ਚੋਣਾਂ ਜਿੱਤੀਆਂ ਸਨ ਕੇਂਦਰ ਵਿੱਚ ਦੋ ਵਾਰ ਸਿਹਤ ਮੰਤਰੀ ਰਹੇ ਡਾਕਟਰ ਹਰਸ਼ਵਰਧਨ ਆਪਣੇ ਕੈਰੀਅਰ ਵਿੱਚ ਪੰਜ ਵਿਧਾਨ ਸਭਾ ਤੇ ਦੋ ਲੋਕ ਸਭਾ ਚੋਣਾਂ ਵੱਡੇ ਅੰਤਰ ਨਾਲ ਜਿੱਤੇ ਸਨ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਨਵੀਂ ਦਿੱਲੀ ਉਮੀਦਵਾਰ ਤੇ ਆਮ ਆਦਮੀ ਪਾਰਟੀ ਨੇ ਸਵਾਲ ਚੁੱਕਦਿਆਂ ਸੀਨੀਅਰ ਨੇਤਾ ਅਸ਼ੀਨੀ ਅਖਿਆ ਕਿ ਉਹ ਦਿੱਲੀ ਵਾਲਿਆਂ ਵੱਲੋਂ ਬੀਜੇਪੀ ਨੂੰ ਕਹਿਣਾ ਚਾਹੁੰਦੀ ਹੈ ਕਿ ਉਹ ਨਵੀਂ ਦਿੱਲੀ ਤੋਂ ਆਪਣਾ ਉਮੀਦਵਾਰ ਬਦਲਣ ਵਰਨਾ ਇਹ ਸਾਬਤ ਹੋ ਜਾਏਗਾ ਬੀਜੇਪੀ ਦੇਸ਼ ਵਿਰੋਧੀ ਮਹਿਲਾ ਵਿਰੋਧੀ ਅਤੇ ਲੋਕਤੰਤਰ ਵਿਰੋਧੀ ਹੈ ਆਸ਼ੀਨੀ ਅਖਿਆ ਕਿ ਬੀਜੇਪੀ ਨੇ ਈਸਵਰ ਆਪਣੇ ਚਾਰ ਮੈਂਬਰ ਪਾਰਲੀਮੈਂਟਰਾਂ ਨੂੰ ਬਦਲ ਦਿੱਤਾ ਹੈ ਨਵੀਂ ਦਿੱਲੀ ਤੋਂ ਮਨਕਸ਼ੀ ਲੇਖੀ ਸਾਊਥ ਦਿੱਲੀ ਤੋਂ ਰਮੇਸ਼ ਵਿਦੜੀ ਵੈਸਟ ਦਿੱਲੀ ਤੋਂ ਪ੍ਰਵੇਸ਼ ਵਰਮਾ ਤੇ ਚਾਂਦਨੀ ਚੌਂਕ ਤੋਂ ਡਾਕਟਰ ਹਰਸ਼ਵਰਧਨ ਉਹਨਾਂ ਅਖਿਆ ਕਿ ਮੈਂ ਬੀਜੇਪੀ ਨੂੰ ਦੱਸਣਾ ਚਾਹੁੰਦੀ ਆ ਕਿ ਹੁਣ ਦਿੱਲੀ ਵਾਲੇ ਉਹਨਾਂ ਦੇ ਹੱਥੋਂ ਬੇਵਕੂਫ ਨਹੀਂ ਬਣਨ ਵਾਲੇ ਉਹਨਾਂ ਨੇ ਦੇਖ ਲਿਆ ਕਿ ਇੱਕ ਕੈਂਡੀਡੇਟ ਦੀ ਗੱਲ ਨਹੀਂ ਬੀਜਪੀ ਹਮੇਸ਼ਾ ਐਸੇ ਕੈਂਡੀਡੇਟ ਨੂੰ ਲਿਆਉਂਦੀ ਹੈ ਜੋ ਜਨਤਾ ਲਈ ਕੰਮ ਨਹੀਂ ਕਰਦੇ ਹਾਸ਼ੀ ਨੇ ਆਖਿਆ ਕੇਸ਼ਵਰ ਬੀਜਪੀ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਉਹਨਾਂ ਨਵੀਂ ਦਿੱਲੀ ਤੋਂ ਮਨਕਸ਼ੀ ਲੇਖੀ ਦੀ ਟਿਕਟ ਕੱਟ ਕੇ ਬਾਂਸਰੀ ਸਵਰਾਜ ਨੂੰ ਦਿੱਤਾ ਜੋ ਇੱਕ ਵਕੀਲਾ ਹੈ ਤੇ ਵਾਰ-ਵਾਰ ਅਦਾਲਤ ਵਿੱਚ ਦੇਸ਼ ਦੇ ਵਿਰੋਧੀਆਂ ਦੇ ਨਾਲ ਅਦਾਲਤ ਵਿੱਚ ਖੜੀ ਹੋ ਰਹੀ ਹੈ ਉਹਨਾਂ ਆਖਿਆ ਕਿ ਇਸ ਦੇਸ਼ ਵਿੱਚ ਲੱਖਾਂ ਕਰੋੜਾ ਰੁਪਏ ਦਾ ਗਵਨ ਕਰਕੇ ਦੇਸ਼ ਤੋਂ ਫਰਾਰ ਲਲਿਤ ਮੋਦੀ ਨੂੰ ਉਹਨਾਂ ਨੇ ਲੋਅਰ ਕੋਰਟ ਹਾਈ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਵਿੱਚ ਡਿਫੈਂਡ ਕੀਤਾ। ਬਾਂਸਰੀ ਨੇ ਲਲਿਤ ਮੋਦੀ ਦੇ ਪਾਸਪੋਰਟ ਕੇਸ ਵਿੱਚ ਡਿਫੈਂਡ ਕੀਤਾ ਤੇ ਉਹ ਪਾਸਪੋਰਟ ਦੇ ਨਾਲ ਫਰਾਰ ਹੋ ਗਏ। ਉਹਨਾਂ ਬਕਾਇਦਾ ਟਵੀਟ ਕਰਕੇ ਬਾਂਸਰੀ ਦਾ ਧੰਨਵਾਦ ਕੀਤਾ। ਜਦੋਂ ਮਣੀਪੁਰ ਵਿੱਚ ਹਿੰਸਾ ਹੋਈ ਤਾਂ ਦੋ ਔਰਤਾਂ ਨੂੰ ਨਿਰਵਸਤਰ ਕਰਕੇ ਪਰੇੜ ਕਰਵਾਈ ਗਈ, ਤਦ ਭਾਜਪਾ ਸਰਕਾਰ ਵੱਲੋਂ ਬਾਂਸਰੀ ਹੀ ਸੁਪਰੀਮ ਕੋਰਟ ਵਿੱਚ ਖੜੀ ਹੋਈ। ਕਾਂਦੀਗੜ ਮੇਅਰ ਚੋਣਾਂ ਵਿੱਚ ਲੋਕਤੰਤਰ ਦੇ ਕਤਲ ਮਾਮਲੇ ਵਿੱਚ ਭਾਜਪਾ ਦੇ ਝੂਠੇ ਮੇਅਰ ਵੱਲੋਂ ਵੀ ਬਾਂਸਰੀ ਸੁਪਰੀਮ ਕੋਰਟ ਵਿੱਚ ਖੜੀ ਸੀ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਇੰਡੀਆ ਅਲਾਇੰਸ ਦੇ ਨਵੀਂ ਦਿੱਲੀ ਲੋਕ ਸਭਾ ਉਮੀਦਵਾਰ ਸੋਮਨਾਥ ਭਾਰਤੀ ਨੇ ਆਖਿਆ ਕਿ ਜਦੋਂ ਦੇਸ਼ ਦੀ ਮਹਿਲਾ ਪਹਿਲਵਾਨਾਂ ਨੂੰ ਬ੍ਰਿਜ ਭੂਸ਼ਣ ਖਿਲਾਫ ਜੰਤਰ ਮੰਡਰ ਤੇ ਬੈਠਣਾ ਪਿਆ ਤਾਂ ਉਸ ਦੇ ਬਾਵਜੂਦ ਭਾਜਪਾ ਨੇ ਬ੍ਰਿਜ ਭੂਸ਼ਣ ਖਿਲਾਫ ਐਕਸ਼ਨ ਨਹੀਂ ਲਿਆ ਤੇ ਐਕਸ਼ਨ ਨਾ ਲੈਣ ਨੂੰ ਡਿਫੈਂਡ ਕਰਨ ਵਾਲੀ ਵੀ ਬਾਂਸਰੀ ਸੁਭਰਾਜ ਸੀ ਜਿਸ ਨੂੰ ਟਿਕਟ ਦਿੱਤੀ ਗਈ ਹੈ ਸਿੱਖਾਂ ਦੇ ਪੰਜ ਤਖਤਾਂ ਵਿੱਚੋਂ ਇੱਕ ਸੱਚਖੰਡ ਸ੍ਰੀ ਹਜੂਰ ਸਾਹਿਬ ਲਈ ਇੱਕ ਵਾਰ ਫਿਰ ਫਲਾਈਟ ਸ਼ੁਰੂ ਹੋਣ ਜਾ ਰਹੀ ਹੈ ਸਟਾਰ 에ਅਰ ਨੇ ਅਧਿਕਾਰੀਆਂ ਨੇ ਭਰੋਸਾ ਦਵਾਇਆ ਕਿ 20 ਮਾਰਚ ਤੋਂ ਇਹ ਫਲਾਈਟ ਪੰਜਾਬ ਦੇ ਆਦਮਪੁਰ ਹਵਾਈ ਅੱਡੇ ਤੋਂ ਉਡਾਨ ਭਰੇਗੀ ਜੋ ਹਿੰਦਨ 에ਅਰਪੋਰਟ ਗਾਜ਼ੀਆਬਾਦ ਤੇ ਲੈਂਡ ਕਰੇਗੀ ਤੇ ਇਹੀ ਫਲਾਈਟ ਸਿੱਧੇ ਨਦੇੜ ਸਾਹਿਬ ਜਾਏਗੀ ਇਸੇ ਰੂਟ ਨੂੰ ਫਾਈਨਲ ਕਰ ਦਿੱਤਾ ਗਿਆ ਹੈ ਵੱਡੀ ਗਣਤੀ ਵਿੱਚ ਸੰਗਤ ਹੋਲਾ ਮਹੱਲਾ ਤੇ ਵਿਸਾਖੀ ਤੇ ਜਾਂਦੀ ਹੈ ਫਲਾਈਟ ਦੇ ਸ਼ੁਰੂ ਹੋਣ ਨਾਲ ਇਸ ਇਤਿਹਾਸਕ ਸਥਾਨ ਤੇ ਸੰਗਤ ਇੱਕ ਵਾਰ ਫਿਰ ਘੱਟ ਸਮੇਂ ਵਿੱਚ ਪਹੁੰਚ ਸਕੇਗੀ ਤੇ ਉਹਨਾਂ ਦਾ ਸਮਾਂ ਵੀ ਬਚੇਗਾ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੇਦਾਰੇ ਵੀ ਹੋਣਗੇ ਹੌਣ ਫਲਾਈਟ ਨਾ ਹੋਣ ਦੀ ਵਜ੍ਹਾ ਨਾਲ ਪੰਜਾਬ ਦੀ ਸੰਗਤ ਨੂੰ 2 ਦਿਨ ਤੇ ਦਿੱਲੀ ਵਾਲਿਆਂ ਨੂੰ 24 ਤੋਂ 30 ਘੰਟੇ ਰੇਲ ਵਿੱਚ ਸਫ਼ਰ ਤੇ ਜਾਣਾ ਪੈਂਦਾ ਹੈ। ਵਿਰੋਧੀ ਧਿਰਾਂ ਦੀ ਗੱਠਜੋੜ ਆਈਐਨਡੀਆਈ ਨੇ ਰਾਜਧਾਨੀ ਪਟਨਾ ਵਿੱਚ ਇੱਕ ਰੈਲੀ ਵਿੱਚ ਲੋਕਸਭਾ ਚੋਣਾਂ ਦਾ ਵਿਗਲ ਵਜਾ ਦਿੱਤਾ। ਇਸ ਵਿੱਚ ਆਰਜीडी ਤੋਂ ਇਲਾਵਾ ਕਾਂਗਰਸ ਸਮਾਜਵਾਦੀ ਪਾਰਟੀ ਅਤੇ ਖੱਬੇਪੱਖੀ ਪਾਰਟੀਆਂ ਨੇ ਹਿੱਸਾ ਲਿਆ। ਸਾਲ 2017 ਵਿੱਚ ਨतीश ਕੁਮਾਰ ਦੇ ਪਾਲਾ ਬਦਲਣ ਦੀ ਚਰਚਾ ਕਰਦਿਆਂ ਲਾਲੂ ਪ੍ਰਸਾਦ ਯਾਦਵ ਨੇ ਆਖਿਆ ਕਿ ਉਹਨਾਂ ਨੇ ਤਦ ਨतीश ਕੁਮਾਰ ਨੂੰ ਕੋਈ ਗਾਲ੍ਹਾਂ ਨਹੀਂ ਸੀ ਕੱਢੀਆਂ। ਕੇਵਲ ਉਹਨਾਂ ਨੂੰ ਪਲਟੂ ਰਾਮ ਆਖਿਆ ਸੀ ਇਹੀ ਲੈਵਲ ਉਹਨਾਂ ਦੇ ਕੰਮਾਂ ਦੇ ਆਧਾਰ ਤੇ ਉਹਨਾਂ ਦੇ ਵਿਅਕਤੀਗਤ ਨਾਲ ਛੇਫ ਹੋ ਗਿਆ ਹੈ ਉਹਨਾਂ ਆਖਿਆ ਕਿ ਭਾਜਪਾ ਨਾਲ ਅਸਹਿਜਤਾ ਵਧਾਉਣ ਤੋਂ ਬਾਅਦ ਜੇਕਰ ਨਰਿੰਦਰ ਕੁਮਾਰ ਫਿਰ ਤੋਂ ਉਹਨਾਂ ਦੇ ਕੋਲ ਆਉਣਗੇ ਤਾਂ ਉਹ ਉਹਨਾਂ ਨੂੰ ਧੱਕਾ ਦੇ ਦੇਣਗੇ ਪ੍ਰਧਾਨ ਮੰਤਰੀ ਤੇ ਲਾਲੂ ਨੇ ਟਿੱਪਣੀ ਕਰਦੇ ਆਖਿਆ ਕਿ ਜੇਕਰ ਨਰਿੰਦਰ ਮੋਦੀ ਦੇ ਕੋਲ ਆਪਣਾ ਪਰਿਵਾਰ ਨਹੀਂ ਤਾਂ ਅਸੀਂ ਕੀ ਕਰ ਸਕਦੇ ਆ ਉਹ ਰਾਮ ਮੰਦਰ ਦੇ ਬਾਰੇ ਵਿੱਚ ਗੱਲਾਂ ਕਰਦੇ ਰਹਿੰਦੇ ਆ ਉਹ ਸੱਚੇ Hindu ਵੀ ਨਹੀਂ ਉਹਨਾਂ ਆਖਿਆ ਕਿ Hindu ਰਵਾਇਤ ਵਿੱਚ ਬੇਟੇ ਨੂੰ ਮਾਤਾ ਪਿਤਾ ਦੇ ਦੇਹਾਂਤ ਤੇ ਆਪਣਾ ਸਿਰ ਤੇ ਦਾੜੀ ਮਨਾਲ ਲੈਣੀ ਚਾਹੀਦੀ ਹੈ ਜਦ ਕਿ ਉਹਨਾਂ ਦੀ ਮਾਂ ਦੀ ਮੌਤ ਹੋਈ ਤਾਂ ਮੋਦੀ ਨੇ ਅਜਿਆ ਨਹੀਂ ਕੀਤਾ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਲੇਸ਼ ਜੱਦਵ ਨੇ ਆਖਿਆ ਕਿ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਕੁੱਲ ਮਿਲਾ ਕੇ 80 ਉੱਤਰ ਪ੍ਰਦੇਸ਼ ਅਤੇ 40 ਬਿਹਾਰ ਵਿੱਚ ਸੀਟਾਂ ਤੇ ਜੇਕਰ ਇਹਨਾਂ ਦੋਨਾਂ ਸੂਬਿਆਂ ਵਿੱਚ ਬੀਜੇਪੀ ਦੀ ਹਾਰ ਯਕੀਨੀ ਕਰਦੇ ਹਾਂ ਤਾਂ ਕੇਂਦਰ ਵਿੱਚ ਬੀਜੇਪੀ ਸਰਕਾਰ ਨਹੀਂ ਬਣ ਸਕੇਗੀ ਅਖਲੇਸ਼ ਨੇ ਆਖਿਆ ਕਿ ਜੇਕਰ ਉੱਤਰ ਪ੍ਰਦੇਸ਼ 80 ਹਰਾਉ ਦਾ ਨਾਰਾ ਦੇ ਰਿਆ ਤੇ ਬਿਹਾਰ ਵੀ ਪਿੱਛੇ ਨਹੀਂ ਇੱਥੇ ਵੀ 40 ਹਰਾਉ ਦਾ ਨਾਰਾ ਹੈ ਕਾਂਗਰਸ ਨੇ ਮਮਤਾ ਬੈਂਦਰਜੀ ਦੀ ਪਾਰਟੀ ਨਾਲ ਗੱਠਜੋੜ ਲਈ ਦਰਵਾਜ਼ੇ ਹਾਲੇ ਵੀ ਖੁੱਲੇ ਰੱਖੇ ਆ ਕਾਂਗਰਸ ਜਰਨਲ ਸਕੰਦਰ ਜੈਰਾਮ ਨਿਵੇਸ਼ ਨੇ ਆਖਿਆ ਕਿ ਸਾਨੂੰ ਉਮੀਦ ਹੈ ਕਿ ਜਦੋਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਂਦਰਜੀ ਕਹਿੰਦੀ ਹੈ ਕਿ ਉਹ ਆਈਐਨਡੀਆਏ ਗੱਠਜੋੜ ਵਿੱਚ ਸਨ ਤੇ ਉਹਨਾਂ ਦੀ ਪਹਿਲ ਕਦਮੀ ਭਾਜਪਾ ਨੂੰ ਹਰਾਉਣ ਹੈ ਤੇ ਰਮੇਸ਼ ਨੇ ਆਖਿਆ ਕਿ ਮਮਤਾ ਨੇ ਇੱਕ ਤਰਫਾ ਐਲਾਨ ਕੀਤਾ ਹੈ ਕਿ ਉਹ ਪੱਛਮੀ ਬੰਗਾਲ ਵਿੱਚ ਸਾਰੀਆਂ 42 ਸੀਟਾਂ ਤੇ ਚੋਣਾ ਲੜੇਗੀ ਚੋਣ ਪ੍ਰਚਾਰ ਦੇ ਡਿਗਰੇ ਪੱਧਰ ਤੇ ਚਿੰਤਾ ਪ੍ਰਗਟਾਉਣਾ ਅਤੇ ਰਾਜਨੀਤਿਕ ਪਾਰਟੀਆਂ ਦੇ ਪ੍ਰਚਾਰ ਦੌਰਾਨ ਸਿਰਫ ਮੁੱਦਿਆਂ ਤੇ ਗੱਲ ਕਰਨ ਦੀ ਹਦਾਇਤ ਦੇਣ ਦੇ ਬਾਅਦ ਚੋਣ ਕਮਿਸ਼ਨ ਨੇ ਹੁਣ ਗਲਤ ਬਿਆਨਬਾਜ਼ੀ ਕਰਨ ਵਾਲਿਆਂ ਵਿਰੁੱਧ ਸਖਤੀ ਨਾਲ ਪੇਸ਼ ਆਉਣ ਦੀ ਤਿਆਰੀ ਕੀਤੀ ਹੈ ਕਮਿਸ਼ਨ ਨੇ ਰਾਜਨੀਤਿਕ ਗਤੀਵਿਧੀਆਂ ਤੇ ਸਖਤ ਨਜ਼ਰ ਰੱਖਣ ਲਈ ਆਪਣੇ ਤੰਤਰ ਨੂੰ ਸਰਗਰਮ ਕੀਤਾ ਇਸ ਵਿੱਚ ਰਾਜਨੀਤਿਕ ਪਾਰਟੀਆਂ ਨਾਲ ਜੁੜੇ ਨੇਤਾਵਾਂ ਨਾਲ ਉਮੀਦਵਾਰਾਂ ਤੇ ਜੁੜੀਆਂ ਮੀਟਿੰਗਾਂ ਰੈਲੀਆਂ ਭਾਸ਼ਣਾਂ ਤੇ ਬਿਆਨਾਂ ਤੇ ਵਿਸ਼ੇਸ਼ ਨਜ਼ਰ ਰੱਖਣ ਦੇ ਹੁਕਮ ਦਿੱਤੇ ਗਏ ਨੇ ਕਮਿਸ਼ਨ ਦੇ ਅਨਸਾਰ ਕਿਸੇ ਵੀ ਤਰ੍ਹਾਂ ਦੀ ਗਲਤ ਝੂਠੀ ਜਾਤੀ ਧਰਮ ਅਤੇ ਔਰਤਾ ਆਦਿ ਨਾਲ ਜੁੜੀ ਬਿਆਨਬਾਜ਼ੀ ਅਦਰਸ਼ ਚੋਣ ਜਾਤੀ ਦੀ ਉਲੰਘਣਾ ਮੰਨੀ ਜਾਏਗੀ। ਅਜੇ ਰਾਜਨੀਤਿਕ ਪਾਰਟੀਆਂ ਦੇ ਪ੍ਰਚਾਰਕ ਅਤੇ ਉਹਨਾਂ ਦੇ ਉਮੀਦਵਾਰਾਂ ਵਿਰੁੱਧ ਤਹਿ ਨਿਯਮਾਂ ਤਹਿਤ ਕਾਰਵਾਈ ਹੋਏਗੀ ਜਿਸ ਵਿੱਚ ਉਹਨਾਂ ਨੂੰ ਚੋਣ ਪ੍ਰਚਾਰ ਤੋਂ ਰੋਕਿਆ ਜਾ ਸਕੇ। ਚੋਣ ਕਮਿਸ਼ਨ ਅਨੁਸਾਰ ਨਾਲ ਹੀ ਉਹਨਾਂ ਵਿਰੁੱਧ ਨਿਯਮਾਂ ਦੇ ਤਹਿਤ ਅਪਰਾਧਿਕ ਮਾਮਲੇ ਵੀ ਦਰਜ ਕਰਵਾਏ ਜਾ ਸਕਦੇ ਹਨ। ਜਰੂਰਤ ਪੈਣ ਤੇ ਸਟਾਰ ਪ੍ਰਚਾਰਕਾਂ ਦੀ ਗਿਣਤੀ ਘਟਕੀਤੀ ਜਾ ਸਕਦੀ ਹੈ। ਪ੍ਰਚਾਰ ਦੌਰਾਨ ਰਜਿਸਟਰਡ ਵਾਧਾ ਦੀ ਗਿਣਤੀ ਵਿੱਚ ਕਟੌਤੀ ਅਤੇ ਰੈਲੀਆਂ ਆਦਿ ਦੀ ਮਨਜ਼ੂਰੀ ਨੂੰ ਵੀ ਰੱਦ ਕੀਤਾ ਜਾ ਸਕਦਾ ਹੈ ਚੋਣ ਕਮਿਸ਼ਨ ਨਾਲ ਜੁੜੇ ਅਧਿਕਾਰੀਆਂ ਮੁਤਾਬਕ ਕਿ ਸਾਰੀਆਂ ਤਿਆਰੀਆਂ ਪੁਰਾਣੇ ਤਜਰਬਿਆਂ ਨੂੰ ਦੇਖਦਿਆਂ ਹੋਇਆਂ ਕੀਤੀਆਂ ਜਾ ਰਹੀਆਂ ਜੋ ਕਿ ਚੋਣ ਮਾਹੌਲ ਵਿੱਚ ਆਪਣੇ ਬਿਆਨਾਂ ਵਿੱਚ ਮਾੜੇ ਸ਼ਬਦ ਬੋਲਦੇ ਸਨ ਪਿਛਲੇ ਕਈ ਚੋਣਾਂ ਦੌਰਾਨ ਵੀ ਦੇਖਿਆ ਗਿਆ ਕਿ ਰਾਜਨੇਤਾ ਕਈ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤੇ ਬਿਆਨਬਾਜ਼ੀ ਗਲਤ ਕਰਕੇ ਲੋਕਾਂ ਨੂੰ ਭੜਕਾਉਣ ਦਾ ਕੰਮ ਕਰਦੇ ਲੋਕ ਸਭਾ ਚੋਣਾਂ ਦੀ ਵੱਧਦੀ ਹਲਚਲ ਅਤੇ ਰਾਜਨੀਤਿਕ ਪਾਰਟੀਆਂ ਵੱਲੋਂ ਉਮੀਦਵਾਰਾਂ ਦੇ ਨਾਮ ਐਲਾਨੇ ਜਾਣ ਦੇ ਨਾਲ ਇੰਟਰਨੈਟ ਮੀਡੀਆ ਤੇ ਆਪਣੀ ਨਿਗਰਾਨੀ ਵਧਾ ਦਿੱਤੀ ਸਾਰੇ ਜ਼ਿਲ੍ਹਿਆਂ ਦੇ ਐਸ.ਟੀ.ਐਮ. ਪੱਧਰ ਤੇ ਅਧਿਕਾਰੀਆਂ ਦੀ ਦੇਖਰੇਖ ਵਿੱਚ ਇਸ ਤੇ ਨਜ਼ਰ ਰੱਖਣ ਲਈ ਟੀਮਾਂ ਤਿਆਰ ਕਰਨ ਦਾ ਹੁਕਮ ਦਿੱਤਾ ਹੈ ਇੰਟਰਨੈਟ ਮੀਡੀਆ ਤੇ ਚੱਲਣ ਵਾਲੀ ਗਲਤ ਥਾਂ ਦੀ ਜਾਣਕਾਰੀ ਦੇ ਨਾਲ ਟਿੱਪਣੀਆਂ ਤੇਜ ਸਥਿਤੀ ਸਪਸ਼ਟ ਹੋਏਗੀ ਭਾਜਪਾ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ 18 ਸੂਬਿਆਂ ਵਿੱਚ 195 ਉਮੀਦਵਾਰਾਂ ਦਾ ਐਲਾਨ ਕੀਤਾ ਪੰਜਾਬ ਵਿੱਚ ਇੱਕ ਵੀ ਉਮੀਦਵਾਰ ਨਹੀਂ ਜਿਸ ਦਾ ਮੁੱਖ ਕਾਰਨ ਐਨਡੀ ਵਿੱਚ ਭਾਜਪਾ ਦਾ ਹਿੱਸੇਦਾਰ ਰਹੇ ਸ਼੍ਰੋਮਣੀ ਅਕਾਲੀ ਦਲ ਨਾਲ ਮੋੜ ਗੱਠਜੋੜ ਨਾ ਹੋਣਾ ਦੱਸਿਆ ਜਾ ਰਿਹਾ ਹੈ। ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਗੱਠਜੋੜ ਦਾ ਸਭ ਤੋਂ ਵੱਡਾ ਪੇਚ ਕਿਸਾਨਾਂ ਦਾ ਸੰਘਰਸ਼ ਹੈ ਜੋ ਕਿ ਸੂਬੇ ਵਿੱਚ 13 ਫਰਵਰੀ ਤੋਂ ਚੱਲ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਗੱਠਜੋੜ ਤੋਂ ਪਹਿਲਾਂ ਭਾਜਪਾ ਨਾਲ ਸੁਰੱਖਿਤ ਰਸਤੇ ਦੀ ਮੰਗ ਕਰੇ ਤਾਂ ਜੋ ਪੰਥ ਦੇ ਨਾਲ ਨਾਲ ਉਸ ਦਾ ਕਿਸਾਨ ਹਤੈਸ਼ੀ ਚਿਹਰਾ ਵੀ ਬਰਕਰਾਰ ਰਵੇ। ਭਾਜਪਾ ਵੀ ਛੋਪਛੋਪੰਜ ਇਸ ਲਈ ਤਿਆਰੀ ਦਿਖ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਭਾਜਪਾ ਵਿੱਚ ਸਿੱਖ ਪੰਥ ਅਤੇ ਕਿਸਾਨ ਹਤੈਸ਼ੀ ਚਿਹਰਾ ਹੈ। 2020 ਵਿੱਚ ਤਿੰਨ ਖੇਤੀ ਸੁਧਾਰ ਕਾਨੂੰਨ ਕਰਕੇ ਉਹਨਾਂ ਭਾਜਪਾ ਦੇ ਨਾਲ ਆਪਣਾ ਗੱਠਜੋੜ ਤੋੜ ਲਿਆ ਸੀ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਦਾ ਨੁਕਸਾਨ ਚੁੱਕਣਾ ਪਿਆ ਪਾਰਟੀ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਿਰਫ 3 ਸੀਟਾਂ ਤੇ ਸਿਮਟ ਕੇ ਰਹਿ ਗਈ ਲੋਕ ਸਭਾ ਚੋਣਾਂ ਨੂੰ ਲੈ ਕੇ ਦੋਨਾਂ ਹੀ ਪਾਰਟੀਆਂ ਨੇ ਗੱਠਜੋੜ ਦੀ ਗੱਲ ਸਿਰੇ ਚੜ ਰਹੀ ਸੀ ਉਸ ਸਮੇਂ ਪੰਜਾਬ ਵਿੱਚ ਐਮਐਸਪੀ ਅਤੇ ਕਿਸਾਨਾਂ ਨੂੰ ਪੈਨਸ਼ਨ ਦੇਣ ਵਰਗੇ ਮੁੱਦੇ ਨੂੰ ਲੈ ਕੇ ਜਥੇਬੰਦੀਆਂ ਨੇ ਅੰਦੋਲਨ ਸ਼ੁਰੂ ਕੀਤਾ 13 ਫਰਵਰੀ ਨੂੰ ਗੱਠਜੋੜ ਦਾ ਅੰਤਿਮ ਰੂਪ ਦੇਣ ਲਈ ਸੁਖਬੀਰ ਬਾਦਲ ਦਿੱਲੀ ਪਹੁੰਚੇ ਕਿਸਾਨਾਂ ਦੇ ਸੰਘਰਸ਼ ਵਿੱਚਕਰ ਭਾਜਪਾ ਦੇ ਨਾਲ ਗੱਠਜੋੜ ਕਰਨ ਦੀ ਸ਼੍ਰੋਮਣੀ ਅਕਾਲੀ ਦਲ ਗੱਲ ਅੱਗੇ ਨਹੀਂ ਵਧਾਰਿਆ ਉਸ ਨੂੰ ਡਰ ਹੈ ਕਿ ਗੱਠਜੋੜ ਕਰਨ ਤੇ ਪਿੰਡੂ ਖੇਤਰ ਵਿੱਚ ਗਲਤ ਸੁਨੇਹਾ ਜਾਏਗਾ ਇਹ ਕਾਰਨ ਹੈ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਨਾਲ ਸੁਰੱਖਿਅਤ ਰਸਤੇ ਦੀ ਮੰਗ ਕਰ ਰਿਹਾ ਹੈ ਤਾਂ ਜੋ ਕਿਸਾਨਾਂ ਨੂੰ ਸੁਨੇਹਾ ਦੇ سکے ਕਿ ਕਿਸਾਨਾਂ ਲਈ ਉਹਨਾਂ ਦੇ ਭਾਜਪਾ ਦੇ ਨਾਲ ਪੁਰਾਣੇ ਗੱਠਜੋੜ ਰਹੇ ਨੇ ਪੰਥਕ ਮੋਰਚੇ ਦੇ ਭਾਜਪਾ ਪਹਿਲਾਂ ਹੀ ਸ਼ਰਮਨੀ ਅਕਾਲੀ ਦਲ ਨੂੰ ਰਾਹਤ ਦੇ ਚੁੱਕਾ ਹੈ ਗੱਠਜੋੜ ਦੀ ਸੰਭਾਵਨਾ ਨੂੰ ਦੇਖਦੇ ਆ ਹੋਰ ਹਰਿਆਣ ਦੀ ਭਾਜਪਾ ਸਰਕਾਰ ਹਰਿਆਣਾ ਸੇ ਗੁਰਦੁਆਰਾ ਕਮੇਟੀ ਦੇ ਚੋਣਾਂ ਨੂੰ ਵੀ ਟਾਲ ਚੁੱਕੀ ਹੈ ਉਧਰ ਮਹਾਰਾਸ਼ਟਰ ਸਰਕਾਰ ਨੇ ਤਖਤਸ਼ਰੀ ਹਜੂਰ ਸਾਹਿਬ ਨਦੇੜ ਮਹਾਰਾਸ਼ਟਰ ਦੇ 1956 ਦੇ ਐਕਟ ਵਿੱਚ ਕੀਤੇ ਬਦਲਾਅ ਤੇ ਰੋਕ ਲਾ ਦਿੱਤੀ ਹੈ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਸਾਨੀ ਸੰਘਰਸ਼ ਵਿੱਚ ਮਾਰੇ ਗਏ ਨੌਜਵਾਨ ਸ਼ੁਭ ਕਰਨ ਦੀ ਮੌਤ ਤੇ ਸਵਾਲ ਖੜੇ ਕਰਦੇ ਆ ਆਖਿਆ ਕਿ ਆਖਰ ਨੌਜਵਾਨ ਕਿਸਾਨ ਦੀ ਮੌਤ ਲਈ ਉਹ ਲੋਕ ਜ਼ਿੰਮੇਵਾਰ ਨਹੀਂ ਜਿਨ੍ਹਾਂ ਦੇ ਭਰੋਸੇ ਉਹ ਸੰਘਰਸ਼ ਵਿੱਚ ਸ਼ਾਮਲ ਹੋਏ ਉਹਨਾਂ ਆਖਿਆ ਕਿ ਪੰਜਾਬ ਅਤੇ ਹਰਿਆਣਾ ਨੂੰ ਮਿਲਣ ਵਾਲੀਆਂ ਸੁਵਿਧਾਵਾਂ ਬਾਕੀ ਲੋਕਾਂ ਦੇ ਅੱਖਾਂ ਵਿੱਚ ਰੜਕ ਰਹੀਆਂ ਦੂਜੇ ਸੂਬਿਆਂ ਦੇ ਲੋਕ ਪੰਜਾਬ ਦੇ ਕਿਸਾਨਾਂ ਨੂੰ ਬਹਿਕਾ ਕੇ ਉਹਨਾਂ ਨੂੰ ਮਰਨ ਲਈ ਬਾਰਡਰ ਤੇ ਲਿਆ ਰਹੇ ਆ ਕਿ ਉਹਨਾਂ ਸੂਬਿਆਂ ਦੇ ਲੋਕਾਂ ਨੇ ਚੂੜੀਆਂ ਪਹਿਨ ਰੱਖੀਆਂ ਉਹਨਾਂ ਆਖਿਆ ਕਿ ਇਹ ਕਿਉਂ ਨਹੀਂ ਕਿ ਆਪਣੇ ਇੱਥੇ ਉਹ ਸੰਘਰਸ਼ ਕਰਦੇ ਤੇ ਪੰਜਾਬ ਦੇ ਕਿਸਾਨ ਉਹਨਾਂ ਦੀ ਮਦਦ ਕਰਦੇ ਜਿ ਆਖਣ ਨੇ ਆਖਿਆ ਕਿ ਪੰਜਾਬ ਵਿੱਚ ਐਮਐਸਪੀ ਲਾਗੂ ਹੈ ਗੱਲ ਬਾਕੀ ਸੂਬਿਆਂ ਦੇ ਕਿਸਾਨਾਂ ਨੂੰ ਚੁਪਦੀ ਹੈ ਜਖਣ ਨੇ ਆਖਿਆ ਕਿ ਆਪਣੇ ਘਰ ਸੜ ਕੇ ਦੂਜਿਆਂ ਦੇ ਹੱਥ ਨਹੀਂ ਸਿੱਕੇ ਜਾਂਦੇ ਜਖਣ ਨੇ ਆਖਿਆ ਕਿ ਉਹ ਪਹਿਲਾ ਕਿਸਾਨ ਹੈ ਕਿਸੇ ਪਾਰਟੀ ਦਾ ਪ੍ਰਧਾਨ ਬਾਦ ਵਿੱਚ ਕਿਸਾਨ ਜਿੱਥੇ ਬੰਨੀਆਂ ਦੱਸਣ ਕਿ 23 ਫਸਲਾਂ ਤੇ ਐਮਐਸਪੀ ਲਾਗੂ ਹੋਣ ਤੇ ਉਹ ਕਿਹੜੀਆਂ ਫਸਲਾਂ ਵੀਜਣਗੇ ਅਜਿਹੀ ਸਥਿਤੀ ਵਿੱਚ ਉਹਨਾਂ ਆਖਿਆ ਕਿ ਮੈਂ ਕਿਸਾਨਾਂ ਦੇ ਨਾਲ ਕੇਂਦਰ ਸਰਕਾਰ ਦੇ ਕੋਲ ਜਾਵਾਂਗਾ ਫਿਰ ਚਾਹੇ ਮੈਨੂੰ ਪਾਰਟੀ ਤੋਂ ਕੱਢ ਹੀ ਕਿਉਂ ਨਾ ਦਿੱਤਾ ਜਾਵੇ ਭਾਜਪਾ ਪ੍ਰਧਾਨ ਨੇ ਆਖਿਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਹਿੱਤਾਂ ਵਿੱਚ ਮਰਵਾਉਣਾ ਬੰਦ ਕਰਨਾ ਚਾਹੀਦਾ ਤੇ ਪੰਜਾਬ ਦੇ ਲੋਕਾਂ ਨੂੰ ਆਪਣੀ ਬਹਾਦਰੀ ਲਈ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਮੌਸਮ ਅਨੁਸਾਰ ਆਉਣ ਵਾਲੇ 24 ਘੰਟਿਆਂ ਦੌਰਾਨ ਪੰਜਾਬ ਵਿੱਚ ਮੌਸਮ ਠੰਡਾ ਰਹੇਗਾ ਇਸ ਦੇ ਨਾਲ ਹੀ ਹੁਣ ਤੁਸੀਂ ਜਸਵਿੰਦਰ ਸਿੰਘ ਬਿੱਟਾ ਨੂੰ ਇਜਾਜ਼ਤ ਦਿਓ ਧੰਨਵਾਦ ਸਤਿ ਸ੍ਰੀ ਅਕਾਲ